हल्का टांडा से विधायक संगत सिंह गिलिजिया ने ऑल इंडिया कांग्रेस कमेटी के सदस्यता से और पंजाब प्रदेश कांग्रेस कमेटी के वाइस प्रेसिडेंट के अहदे से इस्तीफा दे दिया इन दोनों में इस्तीफा देने का मुख्य कारण पंजाब मंत्रिमंडल में जगह ना मिलना बताया जा रहा है होशियारपुर से अभिषेक भाटिया मैं संगत सिंह गिलिजिया एम एल ए हलका टांडा मैं अज हज... ਜਿਹੜੀ ਬੇਨਤੀ ਕਰਨ ਲੱਗਾ ਕਿ ਮੈਂ ਆਪਣੇ ਹਰਖੇਤੋਂ ਤਕਰੀਬਨ ਪਾਰਟੀ ਦੀ 30 ਸਾਲ ਤੋਂ ਸੇਵਾ ਕਰਦਾ ਆ ਰਿਹਾ ਤੇ ਮੈਂ ਚਾਹ ਲ ਐਮ ਐਲ ਏ ਦੇ ਇਲੈਕਸ਼ਨ ਲੜਿਆ ਕਿਉਂਕਿ 2002 ਚ ਮੈਂ ਇਲੈਕਸ਼ਨ ਲੜਿਆ ਸੀ ਉਹ ਮੈਂ ਥੋੜੀ ਜਿਹੀ 1200 ਵੋਟ ਤੇ ਲੂਜ਼ ਕਰ ਗਿਆ ਸੀ ਉਹਦੇ ਬਾਅਦ 7 ਔਰ 12 17 ਮੈਂ ਲਗਾਤਾਰ ਜਿੱਦਾ ਆ ਰਿਹਾ ਮੈਂ ਬੀ ਸੀ ਸਮਾਜ ਨਾਲ ਸੰਬੰਧ ਰੱਖਦਾ ਹਾਂ ਤੇ ਅੱਜ ਜਦੋਂ ਪੰਜਾਬ ਦੇ ਕੈਬਨਿਟ ਦਾ ਵਿਸਤਾਰ ਹੋਇਆ ਹੈ ਤੇ ਉਹਦੇ ਵਿੱਚ ਪੰਜਾਬ ਦੀ ਪਛੜੀਆਂ ਸ਼ਰਣੀਆਂ ਦੇ ਵਿੱਚੋਂ ਪੰਜਾਬ ਵਿੱਚੋਂ ਕੋਈ ਬੰਦਾ ਵੀ ਨਹੀਂ ਲਿਆ ਗਿਆ ਇਸ ਲਈ ਮੈਂ ਪੰਜਾਬ ਤੋਂ ਸਭ ਤੋਂ ਸੀਨੀਅਰ ਐਮਐਲਏ ਸੀ ਮੈਨੂੰ ਕੀ ਲੈਣਾ ਸੀ ਮੇਰੇ ਤੋਂ ਜੂਨੀਅਰ ਐਮਐਲਏ ਵੀ ਨਹੀਂ ਲਿਆ ਤੇ ਮੈਨੂੰ ਔਰ ਮੇਰੇ ਪਛੜੀਆਂ ਛੜੀਆਂ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਬੜੀ ਵੱਡੀ ਠੇਸ ਪਹੁੰਚੀ ਹੈ ਇਸ ਲਈ ਮੇਰੇ ਹਰਕੇ ਦੇ ਲੋਕਾਂ ਨੂੰ ਬੜੀ ਵੱਡੀ ਠੇਸ ਪਹੁੰਚੀ ਹੈ ਇਸ ਲਈ ਮੈਂ ਜਿਸ ਤੇ ਸੌਦੇ ਤੇ ਕੰਮ ਕਰ ਰਿਹਾ ਸੀ ਏਐਸਸੀ ਦਾ ਮੈਂਬਰ ਸੀ ਅਤੇ ਮੈਂ ਪੰਜਾਬ ਦਾ ਵਾਈਸ ਪ੍ਰਧਾਨ ਸੀ ਮੈਂ ਆਪਣੇ ਦੋਨੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਮੈਂ ਪਾਰਟੀ ਦੇ ਜਿਹੜੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਮੇਰੇ ਲੋਕਾਂ ਨੇ ਮੈਨੂੰ ਲਗਾਤਾਰ ਚਾਰ ਲੱਖ ਨੂੰ ਲਾਇਆ ਤਿੰਨ ਵਾਰੀ ਮੈਨੂੰ ਜਿਤਾਇਆ ਬਹੁਤ ਵੱਡੀਆਂ ਵੋਟਾਂ ਦੇ ਮਾਰ ਜਾਂਦਾ ਮੈਂ ਜਿੱਦਾਂ ਰਿਹਾ ਅੱਜ ਮੈਂ ਆਪਣੇ ਹਲਕੇ ਦੀ ਜਿਹੜੀ ਲੋਕਾਂ ਨੂੰ ਮੈਨੂੰ ਠੇਸ ਪਹੁੰਚੀ ਹੈ ਮੈਂ AICC ਮੈਂਬਰ ਤੋਂ ਤੇ ਵਾਈਸ ਪ੍ਰਧਾਨ ਪੰਜਾਬ ਦਾ ਹੋਣ ਦੇ ਨਾਤੇ ਇਹਨਾਂ ਉਹਦਾ ਰਸਤੀਫਾ ਦਿੰਦਾ ਅਤੇ ਮੈਂ ਆਪਣੇ ਹਲਕੇ ਦੇ ਐਮਰ ਦੇ ਤੌਰ ਤੇ ਲੋਕਾਂ ਦੀ ਸੇਵਾ ਕਰਦਾ ਰਹਾ ਹਾਂ